वाहे गुरु जी का खालसा वाहे गुरु जी की फतेह। बहुत वड्डी अपडेट देनी है, जेड़ा बंदा पंजाब दी गल करेगा, जेड़ा बंदा पंजाब दे हक्कां दी गल करेगा, उन्दे नाल मंत्री बाजे के किसे भी जो भी मर्जी हो जाए मंत्री उन्दे नाल है, किड्डी मर्जी कोई भी कुर्बानी देनी पवे मंत्री दवेगा। भाई अमृतपाल वारस पंजाब दी जथेबंदी दी असी नाल, असी अमृतपाल दी भी सपोर्ट करने आ ती असी भाई लखे सधाणे दी भी सपोर्ट करने, क्योंकि पंजाब दे हक्कां लई पंजाब दे मुद्दियां ते 22 लखा सधाणा डट के मन लो बोलदा, अड़ के सरकारां दे नाल अड़ के खड़दा है, अखां चखां पा के गल करदा है, हैं ती असी लखे दे नाल क्यों ना खड़ांगे। लखा अज गल आपदे घर लई नहीं, मान लो कट्ठ करदा पिया के लखे दा कोई घर लई निजी रौला है उहदे लई कट्ठ करदा पिया है। लखा सधाणा मोर्चे लई बंदी सिंघां दी रिहाई लई कहिंदा पिया है, आओ चलिए चंडीगढ़, आओ चलिए चंडीगढ़। 2 तरीक नूं कल नूं मानसा जिला भीखी, मानसा जिला भीखी तों कल नूं 2 तरीक 10 बजे 22 लखे ने वड्डा काफला लैके ਇਹ ਉੱਥੇ ਜਾਣਾ ਹੈ ਚੰਡੀਗੜ੍ਹ। ਕਿਸਾਨੀ ਜਿਵੇਂ ਮੋਰਚਾ ਲੱਗਾ ਸੀ ਉਵੇਂ ਇਹ ਬੰਦੀ ਸਿੰਘਾਂ ਦੀ ਰਿਹਾਈ ਲਈ ਇਨਸਾਫ ਮੋਰਚਾ ਲੱਗਾ ਹੈ ਤੇ 22 ਲੱਖੇ ਦੇ ਨਾਲ ਚੱਲੋ ਵੱਡਾ ਕਾਫਲਾ। ਇਹ ਨਾ ਕਹੋ ਕਿ ਮੈਨੂੰ ਹੁਣ ਮੈਨੂੰ ਕਿਹੜਾ 22 ਨੇ ਕਿਹਾ ਹੈ, ਤੂੰ ਬੋਲ 22 ਜੀ ਜਿਹੜਾ ਪੰਜਾਬ ਦੇ ਹੱਕਾਂ ਲਈ ਗੱਲ ਕਰੇਗਾ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇਗਾ, ਉਹਦੇ ਨਾਲ ਮੰਤਰੀ ਡਟ ਕੇ ਖੜਾ ਹੈ, ਹਿੱਕ ਡਾਹ ਕੇ ਖੜਾ ਹੈ, ਮੋਢੇ ਨਾਲ ਮੋਢਾ ਲਾ ਕੇ ਖੜਾ ਹੈ। ਅਸੀਂ ਕਹਿੰਦੇ ਕਿ ਵੱਧ ਚੜ ਕੇ ਇਹਨੂੰ ਇੱਕ ਮੈਂ ਬੇਨਤੀ ਕਰਨਾ ਕਿ ਇਹ ਕੋਈ ਮੈਂ ਆਪਦੇ ਘਰ ਲਈ ਨਹੀਂ ਤੁਹਾਨੂੰ ਕਹਿੰਦਾ ਪਿਆ ਕਿ ਵੀਡੀਓ ਸ਼ੇਅਰ ਕਰੋ, ਵੀਡੀਓ ਨੂੰ ਸ਼ੇਅਰ ਕਰਕੇ ਭਰਾਓ ਹਰੇਕ ਬੰਦੇ ਤੱਕ, ਹਰੇਕ ਬੱਚੇ ਬੱਚੇ ਤੱਕ ਇਹ ਵੀਡੀਓ ਪਹੁੰਚਾਓ, ਹਰੇਕ ਦੇ ਮੋਬਾਈਲ ਦੇ ਵਿੱਚ ਵੀਡੀਓ ਹੋਵੇ ਕਿ ਰਾਤ ਹੋ ਸਕੇ ਉਹਨਾਂ ਨੂੰ ਪਤਾ ਨਾ ਹੋਵੇ, ਤੇ ਜਦੋਂ ਇਹ ਵੀਡੀਓ ਵੇਖਣ ਤੇ ਉਹਨਾਂ ਨੂੰ ਲੱਗ ਜੇ ਪਤਾ ਉਹ ਭਾਈ ਬਾਬਾ ਜੀ ਦੇ ਨਾਲ ਆਪਣੇ ਲੱਖਾ ਸਧਾਣਾ ਜੀ, ਮੈਂ ਬਾਬਾ ਜੀ ਕਹਿੰਦਾ ਹਰੇਕ ਬੰਦੇ ਨੂੰ, ਮੈਨੂੰ ਮੂੰਹ ਤੇ ਬਾਬਾ ਜੀ ਚੜ ਗਿਆ, ਹਰੇਕ ਬੰਦਾ ਤਿਆਰੀ ਵੱਟ ਕੇ ਤੇ ਲੱਖੇ ਸਧਾਣੇ ਨਾਲ ਜਾਣ ਨੂੰ ਤਿਆਰ, ਚੰਡੀਗੜ੍ਹ ਕੱਲ ਨੂੰ ਮਾਨਸਾ ਜ਼ਿਲ੍ਹਾ ਭੀਖੀ ਤੋਂ ਤਿਆਰੀ ਵੱਟ ਲੈ ਕੇ ਅਸੀਂ ਵੀ ਜਾਣਾ ਹੈ 22 ਲੱਖੇ ਨਾਲ। 22 ਜੀ ਬਹੁਤ ਦੁਨੀਆ ਤਿਆਰ ਹੈ ਜਾਣ ਨੂੰ, ਕਿਸੇ ਟਾਈਮ ਤੇ ਬੰਦਾ ਜਾ ਨਹੀਂ ਸਕਦਾ, ਉਹਦੇ ਕੋਲੇ ਸਾਧਨ ਨਹੀਂ ਹੁੰਦਾ, ਕਈ ਗੱਲਾਂ। ਇਹ ਵੀਡੀਓ ਨੂੰ ਸ਼ੇਅਰ ਕਰੋ ਭਰਾਓ, ਜਿੰਨੇ ਮਾਨਸਾ ਜ਼ਿਲ੍ਹੇ ਵਾਲੇ, ਜਿੰਨੇ ਬਠਿੰਡਾ ਜ਼ਿਲ੍ਹਾ, ਜਿੰਨੇ ਨੇੜੇ ਨੇੜੇ ਪਿੰਡ ਲੱਗਦੇ ਨੇ ਸਾਰੇ, ਕੱਲ ਨੂੰ 2 ਤਰੀਕ ਹੈ, ਕੱਲ ਨੂੰ ਸੱਜਣੋ 2 ਤਰੀਕ ਲੱਖੇ ਨੂੰ ਅੱਜ 10-15 ਦਿਨ ਹੋ ਗਏ ਨੇ, ਜਿੱਥੋਂ ਤੱਕ ਮੈਂ ਵੇਖਣਾ ਪਿਆ ਪਿੰਡਾਂ 'ਚ ਹੋਕਾ ਦਿੰਦਾ ਪਿਆ ਚੌਂਕੀਦਾਰ ਬਣ ਕੇ, ਚੌਂਕੀਦਾਰਾਂ ਤਰ੍ਹਾਂ ਆਓ ਚੱਲੀਏ ਚੰਡੀਗੜ੍ਹ, ਆਓ ਚੱਲੀਏ ਚੰਡੀਗੜ੍ਹ, ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਗੱਲ ਕਰਦਾ ਪਿਆ ਹੈ। ਹੁਣ ਅੰਜਨਾਲੇ ਐਂ ਇੱਕ ਮੁੱਠ ਦੋਵੇਂ ਭਰਾ ਹੋ ਗਏ ਸੀ ਅੰਮ੍ਰਿਤਪਾਲ ਦੇ ਨਾਲ, ਬਾਬਾ ਜੀ ਸਾਡੇ ਨਾਲ ਭਾਈ ਲੱਖਾ ਸਧਾਣਾ, ਤੇ ਨਜ਼ਾਰਾ ਆ ਗਿਆ ਮੇਰਾ ਮਨ, ਰੂਹ ਖੁਸ਼ ਹੋ ਗਈ ਵੇਖ ਕੇ, ਰੂਹ ਖੁਸ਼ ਹੋ ਗਈ ਕਿ ਯਾਰ ਯੋਧੇ ਦੋਵੇਂ ਇਕੱਠੇ ਹੋ ਗਏ ਨੇ। ਹੁਣ ਬੇਨਤੀ ਇਹ ਹੈ ਕਿ ਅਸੀਂ ਇਹ 4 ਤੇ 3 ਤਰੀਕ ਨੂੰ ਆਪਣਾ ਸਮਾਗਮ ਯੋਧੇ ਪਿੰਡ, ਯੋਧੇ ਭਾਈ ਰਮੇਲ ਸਿੰਘ ਯੋਧੇ ਦੇ ਪਿੰਡ ਜਾਣਾ ਹੈ, ਉਦੋਂ ਬਾਅਦ ਅਸੀਂ ਵੀ ਬਾਬਾ ਜੀ ਦੇ ਨਾਲ ਜਾਵਾਂਗੇ। ਜ਼ਰੂਰੀ ਇਹ ਨਹੀਂ ਆਪਾਂ ਕੋਈ ਕਿ ਜਿਹੜਾ ਭਾਈ ਅੰਮ੍ਰਿਤਪਾਲ ਜਦੋਂ ਕਰੇ ਉਹਦੇ ਨਾਲ ਚਲੇ ਜਾਓ, ਹੁਣ ਜਿਵੇਂ ਆਪਣੇ 22 ਲੱਖੇ ਨੇ ਕਿਹਾ ਹੈ ਹੁਣ ਲੱਖੇ ਨਾਲ ਚਲੇ ਜਾਓ, ਇਹ ਦੋਵੇਂ ਯੋਧੇ ਨੇ ਇਹਨਾਂ ਨਾਲ ਜਾਓ, ਡਟ ਕੇ ਇਹਨਾਂ ਦੀ ਮਦਦ ਕਰੋ। ਮੈਂ ਤੇ ਬੇਨਤੀ ਕਰਨਾ ਜੇ ਕੋਈ ਮੈਨੂੰ ਭੈਣਾਂ ਦੀਆਂ ਗਾਲਾਂ ਕੱਢੀ ਜਾਵੇ, ਜੋ ਮਰਜ਼ੀ ਗੁਰਸਿੱਖ ਬੰਦਾ ਆ, ਜੋ ਮਰਜ਼ੀ ਭਰਾਓ ਕਹੀ ਜਾਓ, ਨਛੜੀ ਕਹੋ, ਮਾੜਾ ਕਹੋ, ਮੈਂ ਅੱਜ ਇਹ ਸਹੁੰ ਖਾ ਲਈ ਹੈ, ਆਪਦੇ ਮਨ 'ਚ ਇੱਕ ਪਰਨ ਕਰ ਲਿਆ ਕਿ ਮੈਂ ਕਿਸੇ ਨੂੰ ਮਾੜਾ ਨਹੀਂ ਕਹਿਣਾ। ਜਿਹੜਾ ਬੰਦਾ ਮੈਨੂੰ ਕਮੈਂਟਾਂ 'ਚ ਗਾਲ ਕੱਢੇਗਾ ਨਾ, ਉਹਨੂੰ ਮੈਂ ਕਹਿਣਾ ਮੈਨੂੰ ਹੋਰ ਕੱਢ। ਜੇ ਕੋਈ ਲੰਡੀ ਬੁੱਚੀ ਉਵੇਂ ਫੇਸਬੁੱਕ ਤੇ ਸਾਡੇ ਯੋਧਿਆਂ ਨੂੰ ਬੋਲੇਗੀ ਤੇ ਮੈਂ ਨਾਸਾਂ ਭੰਨਾਂਗਾ। ਐ ਫੇਸਬੁੱਕ ਤੇ ਯਾਰ ਤੁਹਾਡੀ ਮਰਜ਼ੀ, ਜੋ ਮਰਜ਼ੀ ਕਹੋ, ਮੈਂ ਜਿਹੜਾ ਗੁਰਸਿੱਖ ਬੰਦੇ ਨੂੰ ਇਹ ਗੱਲ ਕਹਿੰਦਾ ਜੀ ਉਹਨੂੰ ਨਹੀਂ ਸ਼ਰਮ,
ਕੱਢੀ ਕੱਢੀ ਜਾਵੇ ਤੇ ਬਸ ਬੇਨਤੀ ਹੈ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਕਿ ਕੱਲ ਨੂੰ ਤਿਆਰੀ ਅਗਲਾ ਕਰ ਲੈ ਬਾਈ ਲੱਖੇ ਸਧਾਣੇ ਨਾਲ ਜਾਣ ਲਈ ਦੋ ਤਰੀਕ ਦੂਰੀ ਦੂਰੀ ਵਾਰ ਕਿਉਂ ਐ ਬੋਲ ਬੋਲ ਕੇ ਦੱਸਣਾ ਪਿਆ ਕਿ ਮਾਨਸਾ ਜ਼ਿਲ੍ਹਾ ਭੀਖੀ ਤੋਂ ਕੱਲ ਨੂੰ ਦੂਰੀ ਵਾਰ ਦੱਸਣ ਲੱਗਾ ਮਾਨਸਾ ਜ਼ਿਲ੍ਹਾ ਭੀਖੀ ਤੋਂ ਉੱਥੇ ਜਾਣਾ ਮੋਰਚੇ 'ਚ ਚੰਡੀਗੜ੍ਹ 10 ਵਜੇ ਬਾਈ ਲੱਖੇ ਨੇ ਵੱਡਾ ਕਾਫਲਾ ਲੈ ਕੇ ਜਾਣਾ ਵੱਡਾ ਤੇ ਚੱਲੋ ਜਵਾਨੋ ਚੱਲੋ ਤਿਆਰੀ ਵੱਟ ਲਓ ਹੁਣ ਮੋਟਰਸਾਈਕਲਾਂ 'ਚ ਤੇਲ ਪਵਾ ਲਓ ਗੱਡੀਆਂ 'ਚ ਤੇਲ ਪਵਾ ਲਓ ਹਵਾ ਹੁਵਾ ਭਰਾ ਲਓ ਅੱਗੇ ਟਾਇਰਾਂ ਟੂਰਾਂ 'ਚ ਟੈਕਟਰ ਟਰਾਲੀਆਂ ਜਿਹੜਾ ਵੀ ਕੁਛ ਹੈਗਾ ਜੇ ਕਿਸੇ ਕੋਲ ਰੇੜੂ ਗੱਡਾ ਗੱਡਾ ਲੈ ਕੇ ਤੁਰ ਪਓ ਦੋ ਦਿਨਾਂ ਬਾਅਦ ਪਹੁੰਚ ਜਾਏਗਾ ਕੋਈ ਚੱਕਰ ਨਹੀਂ ਤੁਰ ਪਾਓ ਬਾਈ ਲੱਖੇ ਨਾਲ ਇਹ ਵੱਡਾ ਕਾਫਲਾ ਜਾਵੇ ਇੱਥੋਂ ਘਰ ਤੋਂ ਘੜੀ ਹਜ਼ਾਰਾਂ ਦੀ ਗੱਡੀ ਸਰਕਾਰਾਂ ਦੀਆਂ ਨਾਸੀ ਧੂਹਾਂ ਅਜੇ ਨਾਸੀ ਕਿ ਯੋਧਾ ਲੈ ਕੇ ਕਾਫਲਾ ਲਗਾ ਹੁੰਦਾ ਇੰਨੀਆਂ ਬੇਨਤੀਆਂ ਬਸ ਭਰਾਓ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜਾ ਬੰਦਾ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦਾ ਦਿਲੋਂ ਵੇਖਾਂਗੇ ਉਹ ਵੀਡੀਓ ਗੰਦੀਆਂ ਵੀਡੀਓ ਤੁਸੀਂ ਸ਼ੇਅਰ ਕਰਦੇ ਜਾਂ ਜਿਹੜੇ ਲੋਕਾਂ ਨੂੰ ਲੁੱਟਦੇ ਨੇ ਆਹ ਲਾਟਰੀਆਂ ਵਾਲੇ ਵੇਖਾਂਗੇ ਆਹ ਵੀਡੀਓ ਮੈਂ ਕਹਿੰਦਾ ਕਿ 5000 ਸ਼ੇਅਰ ਕਰਤੀ ਨਾ ਜੇ ਤੁਸੀਂ ਵੀਡੀਓ ਸਮਝ ਲਓ ਕਿ ਤੁਸੀਂ ਇੱਕ ਮੋਰਚੇ ਦੇ ਵਿੱਚ ਹਿੱਸਾ ਪਾਤਾ ਹੈ ਬਾਬਾ ਨਾਨਕ ਤੁਹਾਡੇ ਤੇ ਖੁਸ਼ ਹੋਏਗਾ ਮੈਂ ਬੈਠਾ ਆ ਹਨੇਰਾ ਹੋ ਗਿਆ ਸੀ ਮੈਨੂੰ ਹੁਣ ਖਿਆਲ ਆਇਆ ਬਾਈ ਨੇ ਕੱਲ ਨੂੰ ਕਾਫਲਾ ਜਾਣਾ ਹੋਰ ਬੜੇ ਕੰਮ ਹੁੰਦੇ ਨਹੀਂ ਖਿਆਲ ਆਉਂਦਾ ਤੇ ਆ ਭਰਾਓ ਚੱਲੋ ਕੂਮ ਇਨਸਾਨ ਮੋਰਚੇ 'ਚ ਮੁਹਾਲੀ ਚੱਲੋ ਮਿੰਨਤ ਵਾਲੀ ਗੱਲ ਜੇ ਚੱਲੋ ਕੱਲ ਨੂੰ ਚੱਲੋ ਬਾਈ ਨਾਲ ਚੱਲੋ ਹੁਣ ਮੈਂ ਫਤਿਹ ਬੁਲਾਉਣ ਲੱਗਾ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਲੱਖਿਆ ਖਿੱਚ ਕੇ ਕੰਮ ਰੱਖ ਤੇਰਾ ਭਰਾ ਤੇਰੇ ਨਾਲ ਅਸੀਂ ਤੁਹਾਡੇ ਨਾਲ ਹਾਂ ਜਿੰਨਾ ਚਿਰ ਚੰਗਾ ਕੰਮ ਕਰੋਗੇ ਮਰਨ ਨੂੰ ਵੀ ਤੁਹਾਡੇ ਨਾਲ ਤਿਆਰ ਹਾਂ ਦੱਬੋ ਕਿੱਲੀ ਅਸੀਂ ਤੁਹਾਡੇ ਨਾਲ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ